ਪ੍ਰਸ਼ਾਸਨ ਕੋਲੋਂ ਮੰਗ ਇਹੋ ਕਰਦੇ ਹਾਂ ਵੀ ਜੇ ਇਹਨਾਂ ਦੀ ਕੋਈ ਮਦਦ ਹੋ ਸਕੇ, ਵਿਚਾਰਿਆਂ ਨੇ ਕਿੰਨੇ ਪੈਸੇ ਲਾ ਕੇ ਭੇਜਿਆ ਅਤੇ ਅਜੇ ਮਹਾਂ ਸੈੱਟ ਵੀ ਨਹੀਂ ਹੋਇਆ ਅਤੇ ਉਹ ਮਤਲਬ ਆਹ ਭਾਣਾ ਵਾਪਰ ਗਿਆ। ਗੱਲਬਾਤ ਦਾ ਤਾਂ ਹੁਣ ਨਹੀਂ ਪਤਾ ਵੀ ਕੀ ਹੋਇਆ ਵਿਚਾਰੇ ਨੂੰ, 7 ਸਾਲ ਹੋ ਗਏ ਇੱਥੋਂ ਗਏ ਨੂੰ। 2014 ਦੇ ਵਿੱਚ ਗਿਆ ਸੀ ਆਪਣਾ ਕਮਾਈ ਕਰਨ ਵਾਸਤੇ ਅਤੇ ਹੁਣ ਵਧੀਆ ਉਹਦਾ ਕਾਰੋਬਾਰ ਠੀਕ ਠਾਕ ਚੱਲਦਾ ਸੀ, ਵਧੀਆ ਟਰਾਲਾ ਚਲਾਉਂਦਾ ਸੀ। ਅਤੇ 28 ਤਰੀਕ ਉੱਥੋਂ ਦੀ 28 ਤਰੀਕ ਰਾਤ ਨੂੰ ਸ਼ਾਇਦ 11:30-12 ਵਜੇ ਅਤੇ ਉੱਥੇ ਨਾ ਰਿਸ਼ਤੇਦਾਰ ਆ ਉਹਦੇ ਵੱਡੇ ਭਰਾ ਦਾ ਸਾਲਾ ਵਾ ਉੱਥੇ, ਉਹਨੇ ਫਿਰ ਟੈਲੀਫੋਨ 'ਤੇ ਦੱਸਿਆ ਵੀ ਆਹ ਮਤਲਬ ਉਹਦੇ ਨਾਲ ਭਾਣਾ ਵਾਪਰ ਗਿਆ। ਉਦਮ ਦਾ ਬਸ ਇਹੋ ਹੀ ਪ੍ਰੋਗਰਾਮ ਕੀ ਆ, ਰੋਣ ਧੋਣ ਡਿਆ, ਉਹ ਕਾਰਵਾਈ ਕਰਨ ਡਿਆ ਉੱਥੇ ਜੋ ਵੀ ਆ ਉਹਨੂੰ ਲਿਆਉਣ ਦਾ, ਇੱਥੋਂ ਕਾਗਜ਼ ਬਣਾ ਕੇ ਅਸੀਂ ਭੇਜ ਦਿੱਤੇ ਆ। ਕੀ ਪ੍ਰਸ਼ਾਸਨ ਪ੍ਰਸ਼ਾਸਨ ਕੋਲੋਂ ਮੰਗ ਇਹੋ ਕਰਦੇ ਹਾਂ ਵੀ ਜੇ ਇਹਨਾਂ ਦੀ ਕੋਈ ਮਦਦ ਹੋ ਸਕੇ, ਵਿਚਾਰਿਆਂ ਨੇ ਕਿੰਨੇ ਪੈਸੇ ਲਾ ਕੇ ਭੇਜਿਆ ਅਤੇ ਅਜੇ ਮਹਾਂ ਉਹ ਸੈੱਟ ਵੀ ਨਹੀਂ ਹੋਇਆ ਅਤੇ ਉਹ ਮਤਲਬ ਆਹ ਭਾਣਾ ਵਾਪਰ ਗਿਆ। ਅਜੇ 1 ਸਾਲ ਪਹਿਲਾਂ ਹੀ ਇਹਨਾਂ ਦਾ ਜਵਾਈ ਦਾ ਐਕਸੀਡੈਂਟ ਹੋ ਗਏ, ਉਹ ਵੀ ਇੰਨੀ ਕੁ ਉਮਰ ਦਾ ਉਹ ਸੀ ਵਿਚਾਰਾ, ਉਹਦੀ ਡੈਥ ਹੋ ਗਈ, ਉਹ ਲੜਕੀ ਦਾ ਵੀ ਇੱਦਾਂ ਵਿਚਾਰਾ ਬੜਾ ਹੀ ਮਤਲਬ ਬੰਦਾ ਹਾਲ। 1 ਸਾਲ ਦੇ ਵਿੱਚ ਹੀ ਇਹ 2 ਭਾਣੇ ਵਾਪਰ ਗਏ ਇਹਨਾਂ ਦੇ ਨਾਲ, ਅਤੇ ਇਹਨਾਂ ਦੀ ਹਾਲਤ ਫਿਰ ਇਹੋ ਜਾਣਦੇ ਆ ਵੀ ਕੀ ਇਹਨਾਂ ਨਾਲ ਵਾਪਰ ਰਹੀ ਆ, ਇਹਨਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਆ। ਵੀਰ ਜੀ, ਇਹ ਬੜੀ ਮੰਦਭਾਗੀ ਘਟਨਾ ਵਾ। ਇਹ ਪਰਿਵਾਰ ਦਾ ਜੋ ਕਿ ਬੱਚਾ ਸੀਗਾ ਬਲਜੀਤ ਸਿੰਘ, ਇਹ ਚੜ੍ਹਦੀ ਉਮਰ 'ਚ ਹੀ ਨਾਬਾਲਗ ਉਮਰ ਦੇ ਵਿੱਚ ਹੀ ਕਮਾਈ ਕਰਨ ਵਾਸਤੇ ਜਿਹੜਾ ਵਾ ਇਹ ਬਾਹਰ ਗਿਆ ਸੀਗਾ। ਇਹ ਸਾਰਾ ਪਰਿਵਾਰ ਹੀ ਬੜਾ ਇੱਥੇ ਭਲਾ ਮਾਨਸ ਅਤੇ ਸੇਵਾ ਸਤਿਕਾਰ ਕਰਨ ਵਾਲਾ ਪਰਿਵਾਰ ਆ, ਬਹੁਤ ਜ਼ਿਆਦਾ ਸੇਵਾ 'ਚ ਇਹਨਾਂ ਦੀ ਰੁਚੀ ਆ। ਇਹਦੀ ਵੀਰ ਦੀ ਬਲਜੀਤ ਦੀ ਇੱਕ ਭੈਣ ਜਿਹੜੀ BSF ਦੇ ਵਿੱਚ ਆਪਣੇ ਭਾਰਤ ਦੀ ਸੇਵਾ ਕਰ ਰਹੀ ਆ ਬਾਰਡਰਾਂ 'ਤੇ, ਔਰ ਇੱਕ ਬ੍ਰਦਰ ਇਹਦਾ ਜਿਹੜਾ ਉਹ ਸਿੰਗਾਪੁਰ ਆਪਦੀ ਰੋਜ਼ੀ ਰੋਟੀ ਕਮਾਉਣ ਲਈ ਉੱਥੇ ਸੈਟਲ ਆ। ਅਤੇ ਇਹ ਜਿਹੜਾ ਵਾ ਇਹ ਅਮੈਰੀਕਾ ਗਿਆ ਸੀਗਾ ਅੱਜ ਤੋਂ 5-6 ਸਾਲ ਪਹਿਲਾਂ, ਔਰ ਹੁਣ ਪਰਿਵਾਰ ਨੇ ਇਹਦੇ ਵਿਆਹ ਦੀ ਜਿਹੜੀ ਆ ਤਿਆਰੀ ਕਰ ਰਹੇ ਸੀਗੇ। ਬੜਾ ਸੈੱਟ ਸੀਗਾ, ਬੜੀ ਪਰਿਵਾਰ 'ਚ ਖੁਸ਼ੀ ਸੀਗੀ। ਔਰ ਆਹ ਜਿਹੜੀ ਮੰਦਭਾਗੀ ਘਟਨਾ ਹੋਈ ਆ, ਬਹੁਤ ਜ਼ਿਆਦਾ ਝਟਕਾ, ਬਹੁਤ ਜ਼ਿਆਦਾ ਦੁੱਖ ਪਹੁੰਚਿਆ ਵਾ ਇਹ ਪਰਿਵਾਰ ਨੂੰ ਅਤੇ ਇਲਾਕੇ ਨੂੰ, ਕਿਉਂਕਿ ਜਿਹੜਾ ਬੱਚਾ ਸੀਗਾ ਬੜਾ ਹੋਣਹਾਰ ਬੱਚਾ ਸੀਗਾ, ਬੜਾ ਜਿਹੜਾ ਵਾ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਬੱਚਾ ਸੀਗਾ, ਅਤੇ ਪਰਿਵਾਰ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਬੜਾ ਇੱਕ ਅਗਾਂਹ ਵਧਾ ਕੇ ਲੈ ਕੇ ਗਿਆ ਸੀਗਾ, ਅਤੇ ਰਾਤ ਦਿਨ ਇੱਕ ਕਰਕੇ ਆਪਦੀ ਕਮਾਈ ਕਰ ਰਿਹਾ ਸੀਗਾ। ਸੋ ਇਹ ਜਿਹੜੀ ਇਹਦੀ ਅਚਾਨਕ ਮੌਤ ਹੋਈ ਆ, ਇਹਦੇ ਨਾਲ ਪਰਿਵਾਰ ਨੂੰ ਅਤੇ ਜਿਹੜਾ ਦੁੱਖ ਪਹੁੰਚਣਾ ਇਹਦੇ ਨਾਲ ਇਲਾਕੇ ਨੂੰ, ਸਾਨੂੰ ਬੜਾ ਇਸ ਚੀਜ਼ ਦਾ ਮਹਿਸੂਸ ਹੋਇਆ ਕਿ ਬੜਾ ਪਿਆਰ ਕਰਨ ਵਾਲਾ ਇਨਸਾਨ ਸੀਗਾ। ਇਹੋ ਜਿਹੇ ਬੱਚੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿਤੇ ਲੋਕ ਗਲਤ ਬੰਨੇ ਚੱਲੇ ਆ, ਅਤੇ ਕਮਾਈ ਕਰਨ ਵਾਲੇ ਬੱਚੇ ਅਤੇ ਸਤਿਕਾਰ ਕਰਨ ਵਾਲੇ ਬੱਚੇ ਬੜੇ ਘੱਟ ਆ। ਸੋ ਆਪਾਂ ਕਰ ਕੁਛ ਨਹੀਂ ਸਕਦੇ, ਮੈਂ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ, ਉਹਨਾਂ ਨੂੰ ਸ਼ਾਂਤੀ ਦੇਣ। ਅਤੇ ਪਰਿਵਾਰ ਦੇ ਨਾਲ ਅਸੀਂ MP ਸਾਹਿਬ ਵੱਲੋਂ ਮੈਂ ਵੀ ਅੱਜ ਜਾ